साफ सुथरा पठार में पाना, साफ सुथरा खाना, साफ सुथरा पानी पीना, ठीक है। टैडी माल ये सब कुछ खाई अपना, ठीक है। इस तरह माल जरा ठीक है। ਤੁਹਾਡਾ ਟੈਡੀ ਇਹ ਕੀ ਕਿਹੜਾ? ਸਾਡਾ ਦੇਸੀ ਵੀ ਜੇ ਟੈਡੀ ਵੀ ਦੋਗਲਾ ਹੋਇਆ ਫਿਰ ਕੀ ਮਾਲ ਸਾਡੇ ਕੋਲ ਦੋਗਲਾ ਦੇਸੀ ਬੱਕਰੀਆਂ ਨੇ ਆਹ ਵੀ ਦੇਸੀ ਉਹ ਵੀ ਦੇਸੀ ਉਹ ਦੋ ਦੇਸੀ ਤਰਾ ਦੇਸੀ ਅੱਛਾ ਉਹ ਬੱਕਰੀਆਂ ਵੀ ਦੇਸੀ ਅੱਛਾ ਇਹ ਮਾਲ ਜਿਹੜਾ ਸਾਫ ਸੁਥਰਾ ਪੱਠਾ ਖਾਣਾ ਸਾਫ ਸੁਥਰਾ ਪਾਣੀ ਪੀਣਾ ਤਾਂ ਨਹੀਂ ਲੱਗਦਾ ਕੋਈ ਵੀ ਬੱਕਰਾ ਵਿੱਚ ਫਿਰ ਜਿਹੜੇ ਮਤਲਬ ਉਹਨੂੰ ਜ਼ਰੂਰਤ ਹੋਵੇ ਬੱਕਰਾ ਲਾ ਹੜੀ ਬੱਠੀ ਇਹ ਤਾਂ ਜ਼ਰੂਰੀ ਬੱਕਰਾ ਵੀ ਲਾਜ਼ਮੀ ਚਾਹੀਦਾ ਨਹੀਂ ਬੱਕਰੀਆਂ ਰੱਖਣ ਦਾ ਸਭ ਤੋਂ ਮੇਨ ਗੋਰ ਹੈ ਵਿੱਚ ਬੱਕਰਾ ਲਾਜ਼ਮੀ ਚਾਹੀਦਾ ਬੱਕਰਾ ਲਾਜ਼ਮੀ ਹੋਣਾ ਚਾਹੀਦਾ ਹੋਰ ਕਿਹੜਾ ਗੋਰ ਹੈ ਮੇਨ ਹੋਰ ਗੋਰਾ ਮੈਨੇ ਖੁਰਾਕ ਦਾ ਖਿਆਲ ਰੱਖੋ ਪਾਣੀ ਦਾ ਖਿਆਲ ਰੱਖੋ ਬਸ ਖੁਰਾਕ ਕਿਹੜੀ ਪਾਣੀ ਚਾਹੀਦੀ ਤੇ ਪਾਣੀ ਦਾ ਖਿਆਲ ਕਿਸ ਤਰ੍ਹਾਂ ਰੱਖੀਦਾ ਖਿਆਲ ਮਤਲਬ ਪਾਣੀ ਦਾ ਤਾਂ ਪਤਾ ਮੈਂ ਪਾਣੀ ਮਤਲਬ ਦੋ ਟਾਈਮ ਦੇ ਤਿੰਨ ਟਾਈਮ ਜਿੱਥੇ ਰੱਖੀਆਂ ਉਹ ਟੱਪ ਪਾਣੀ ਦੇ ਧਰ ਛੜੋ ਜਿਹਦੇ ਵਿੱਚ ਜ਼ਰੂਰਤ ਪੀ ਲੈਣ ਠੀਕ ਹੈ ਤੇ ਜੇ ਬਾਹਰ ਪਾਉਣ ਜਾਣ ਤਾਂ ਫਿਰ ਵੀ ਪਾਣੀ ਦਾ ਖਿਆਲ ਰੱਖੋ ਮਾਲ ਨੇ ਪਾਣੀ ਪੀਣਾ ਭਾਈ ਠੀਕ ਹੈ ਪਾਣੀ ਨਾ ਪੀਏ ਤੇ ਮਾਲ ਬਿਮਾਰ ਹੋ ਜਾਂਦਾ ਠੀਕ ਹੈ ਸਮਝੇ ਨਾ ਬਾਹਰੋਂ ਅਗਰ ਗੰਦਾ ਪਾਣੀ ਪੀ ਲੇ ਤੇ ਗੰਦਾ ਪਾਣੀ ਆਪਣੀ ਮਰਜ਼ੀ ਨਾਲ ਕਿਤੇ ਬਾਹਰ ਆਖ ਖੜੋਤਾ ਪੀ ਲੇ ਤੇ ਪੀ ਲੇ ਪਰ ਨੁਕਸਾਨ ਨਹੀਂ ਹੁੰਦਾ ਕੋਈ ਨੁਕਸਾਨ ਨਹੀਂ ਆਂਦੇ ਨੇ ਪਾਣੀ 'ਚ ਕੋਈ ਰੇਤ ਸ਼ੱਕਰ ਵਗੈਰਾ ਲਾ ਕੇ ਦੇਈ ਦਿਓ ਉਹ ਵੀ ਠੀਕ ਹੈ ਉਹ ਕਿਹੜੇ ਮੌਸਮ 'ਚ ਉਹ ਗਰਮੀ 'ਚ ਗਰਮੀ 'ਚ ਸ਼ੱਕਰ ਲਾ ਕੇ ਸ਼ੱਕਰ ਲਾ ਕੇ ਦਿਓ ਸ਼ਰਬਤ ਬਣਾ ਕੇ ਵਿੱਚ ਬੇਸਣ ਵੀ ਤੇ ਬੇਸਣ ਪਾ ਕੇ ਉਹ ਮਾਲ ਦਾ ਫੁੱਲਦਾ ਅੱਛਾ ਮਾਲ ਦਾ ਵੱਧਦਾ ਫੁੱਲਦਾ ਠੀਕ ਹੈ ਜਿਹੜੇ ਫੀਡ ਬਣਾਉਂਦੇ ਨੇ ਉਹ ਵੀ ਮਤਲਬ ਕੋਈ ਅੱਛੀ ਹੈ ਕੋਈ ਗੰਦ ਭਰਾ ਲਈ ਵਿੱਚ ਇਹ ਬਣਾਉਂਦੇ ਨੇ ਬੱਕਰੀਆਂ ਵਾਸਤੇ ਹਾਂਜੀ ਹਾਂਜੀ ਗਾਈਆਂ ਵਾਸਤੇ ਜੀ ਜੀ ਉਹ ਹੀ ਮਤਲਬ ਠੀਕ ਹੀ ਹੈ ਪਰ ਅੱਛਾ ਮਾਲ ਜਿਹੜਾ ਅੱਛਾ ਹੀ ਠੀਕ ਹੈ ਇਹ ਤੁਹਾਡੇ ਕੋਲ ਇਸ ਟਾਈਮ ਕਿਹੜੀ ਕਿਹੜੀ ਨਸਲ ਦੇ ਜਾਨਵਰ ਨੇ ਸਾਡੇ ਕੋਲ ਇਹ ਨਾ ਜਾਨਵਰ ਦੇਸੀ ਨੇ ਤੇ ਜਾਨਵਰ ਦੂਜੇ ਦੋਗਲੀਆਂ ਦੇਸੀ ਤੇ ਦੋਗਲੀਆਂ ਤੁਸੀਂ ਕਿੱਥੋਂ ਲੈ ਕੇ ਆਏ ਮੈਂ ਲੁੱਡੋ ਤੋਂ ਲੁੱਡਨ ਮੰਡੀ ਆਪ ਹੀ ਗਏ ਹੋ ਆਪ ਹੀ ਲੁੱਡੋ ਲੱਗ ਲੈਣੀ ਬੱਕਰੀ ਕਿੰਨੇ ਦੀ ਉੱਥੋਂ ਬੱਕਰੀ ਦੇਸੀ ਲੱਭਦੇ ਆ ਮੈਂ ਚਾਰ ਬੱਕਰੀਆਂ ਆਣੀਆਂ ਨੇ ਉਹ ਚਾਰ ਦੇ ਬੰਨੇ ਚੜੀਆਂ ਅੱਛਾ ਤੇ ਤਰਾ ਬੰਨੇ ਤੇ ਅੱਛਾ 1,05,000 ਦੀਆਂ ਆਣੀਆਂ ਨੇ 1,05,000 ਦੀਆਂ ਲੈਣੀਆਂ ਹਨ ਚਾਰ ਹਾਂ ਗੱਬੜਾ ਬੱਕਰੀਆਂ ਇਹ ਕਹਿ ਦਿਆਂ ਚਵੇਂ ਬੰਨੇ ਤੇ ਖਲੋਤੀਆਂ ਨੇ ਇੱਕ ਥੋੜੀ ਥੱਲੇ ਉਤਰੀ ਹੈ ਚਿੱਟੀ ਇਹ ਕਹਿ ਕਾਲੀ ਤੇ ਉਹ ਅੱਗੇ ਦੋ ਚੀਨੀਆਂ ਹਾਂ ਠੀਕ ਹੈ ਅੱਛਾ 1,04,000 ਦੀਆਂ ਸੂਣ ਵਾਲੀਆਂ ਲੈ ਕੇ ਆਏ 1,05,000 ਦੀਆਂ 1,05,000 ਦੀਆਂ ਸੂਣ ਵਾਲੀਆਂ ਸੂਣ ਵਾਲੀਆਂ ਗੱਬੜਾ ਬੱਕਰੀਆਂ ਇੱਥੇ ਵੀ ਇਹਨਾਂ ਦਾ ਰੇਟ ਇਹੋ ਹੀ ਕਿ ਇੱਥੇ ਮਹਿੰਗੀਆਂ ਨੇ ਇੱਥੇ ਉੱਥੇ ਨਾਲੋਂ ਇੱਥੇ ਮਹਿੰਗੀਆਂ ਇੱਥੇ ਹੋਈ ਬੱਕਰੀਆਂ ਕਿੰਨੇ ਦੀਆਂ ਨੇ ਇੱਥੇ ਬੱਕਰੀਆਂ ਜਿਹੜੀਆਂ ਨੇ ਇੱਥੇ 30,000 ਦੀ ਵੀ ਦੇਸੀ ਬੱਕਰੀ ਅੱਛਾ ਗੱਬਨ ਗੱਬਣਾ ਬੱਕਰੀਆਂ ਵੱਡੀਆਂ ਬੱਕਰੀਆਂ ਉਸ ਤੋਂ ਵੱਡੀਆਂ ਵੱਡੀਆਂ ਨਸਲ ਦੀਆਂ ਬੱਕਰੀਆਂ ਨਹੀਂ ਇੰਨਾ ਉਹ 40,000 ਦੀਆਂ 38,000 ਦੀਆਂ 35,000 ਦੀ ਵੀ ਹੈ ਉਹ ਬੱਕਰੀਆਂ ਸਾਡੀਆਂ ਆਈਆਂ ਨੇ ਉੱਥੇ 30 ਬੱਕਰੀਆਂ ਆਈਆਂ ਨੇ ਉਹ ਦੇ ਦਿੱਤੇ ਅੱਛਾ ਅਬਦੁੱਲਾ ਦੇ ਦੇ ਅੱਛਾ ਉਹ ਬੱਕਰੀਆਂ ਵਿੱਚ 40,000 ਦੀ ਦੂਸਰਾ ਹੈ ਨੇ 35,000 ਦੀ 38,000 ਦੀ ਉਹ ਕਿੱਥੋਂ ਲੈ ਕੇ ਆਇਆ ਉਹ ਲਿਆ ਕੇ ਆਇਆ ਨੇ ਮਹਿਲ ਉਹ ਵੀ ਮਹਿਲ ਦੁੱਧ ਨਹੀਂ ਲੈਣੀ ਤੇ ਤੁਹਾਡੀਆਂ ਬੱਕਰੀਆਂ ਦੁੱਧ ਵੀ ਦਿੰਦੀਆਂ ਨੇ ਜਾਂ ਬੱਚੇ ਪੀਂਦੇ ਰਹਿੰਦੇ ਨੇ ਬੱਚੇ ਪੀਂਦੇ ਹਰ ਵਿੱਚ ਹੋਇਆ ਨਹੀਂ ਬੱਚੇ ਪੀਂਦੇ ਨੇ ਬੱਚੇ ਪੀਂਦੇ ਨੇ ਬੱਚੇ ਪੀਂਦੇ ਇੱਕ ਬੱਕਰੀ ਤੁਹਾਡੀ ਕਿੰਨੇ ਕੁ ਮਹੀਨਿਆਂ ਬਾਅਦ ਸੁਣਦੀ ਹੈ ਇਹ ਸੂਪੇ ਦੀ 5 ਮਹੀਨੇ ਬਾਅਦ ਤੇ ਦੋਰੇ ਦੋਰੇ ਫੇਰ ਜੇ ਕੋਈ 4 ਮਹੀਨੇ ਲੰਘ ਜਾਣ 5 ਮਹੀਨੇ ਫੇਰ ਸੌਂ ਜੇ ਦੇਸੀ ਜੜੀਆਂ ਦੇ 5-6 ਮਹੀਨੇ ਬਾਅਦ ਸੌਂਦੀਆਂ ਨੇ ਕੋਈ 5 ਮਹੀਨੇ ਕੋਈ 4 ਮਹੀਨੇ ਬਾਅਦ ਸੌਂਦੀਆਂ ਯਾਨੀ 4 ਮਹੀਨੇ ਬਾਅਦ ਸੌਂਦੀਆਂ ਨੇ 5 ਮਹੀਨੇ ਬਾਅਦ ਬਚਣ ਨੇ 5 ਤੇ 5 10 ਤੇ 4 14 14 ਮਹੀਨੇ ਦੋ ਵਾਰੀ ਸੂਪ ਆਉਂਦੀਆਂ ਨੇ ਸੂਪ ਜੀ ਜ਼ਬਰਦਸਤ ਤੇ ਇੱਕ ਵਾਰੀ ਕਿੰਨੇ ਬੱਚੇ ਦਿੰਦੀਆਂ ਨੇ ਕੋ ਦੇ ਦੇ 2 ਦਿੰਦੀ ਕੋ 3 ਦਿੰਦੀ ਕੋ 4 ਵੀ ਦਿੰਦੀ ਅੱਛਾ ਕੋਈ 1 ਵੀ ਦਿੰਦੀ ਠੀਕ ਹੈ ਚਾਚੇ ਤੁਹਾਡਾ ਬੜਾ ਤਜਰਬਾ ਹੈ ਇਹ ਤੇ ਦੱਸੋ ਕਿ ਫਾਇਦੇਮੰਦ ਕਿਹੜਾ ਕੰਮ ਹੈ ਬੱਕਰੀਆਂ ਦਾ ਕਿ ਮੱਝਾਂ ਕਾਵਾਂ ਦਾ ਫਾਇਦੇਮੰਦ ਸਾਰੇ ਹੀ ਕਾਰੋਬਾਰ ਕੋਈ ਵੀ ਕਰੋ ਉਹਦੀ ਫਾਇਦਾ ਹੀ ਹੈ ਮਾਂ ਮੱਝਾਂ ਰੱਖੋ ਗਾਈਆਂ ਰੱਖੋ ਫਿਰ ਵੀ ਮਤਲਬ ਫਾਇਦਾ ਹੀ ਹੈ ਸਿਆਣੇ ਕਹਿੰਦੇ ਨੇ ਕਿ ਕਾਤੀਆਂ 5 ਉਂਗਲੀਆਂ ਬਰਾਬਰ ਨਹੀਂ ਇਸ ਤਰ੍ਹਾਂ ਕਈ ਇੱਕ ਕੰਮ 'ਚ ਬਹੁਤਾ ਨਫਾ ਹੈ ਕਿਸੇ 'ਚ ਥੋੜਾ ਬੱਕਰੀਆਂ 'ਚ ਬਹੁਤਾ ਨਫਾ ਹੈ ਕਿ ਮੱਝਾਂ 'ਚ ਬਹੁਤਾ ਨਫਾ ਹੈ ਕਿ ਗਾਈਆਂ 'ਚ ਸਾਰਾ ਬਹੁਤਾ ਜਗ੍ਹਾ ਨੇ ਬੱਕਰੀਆਂ ਜੀ ਉਹ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਫਿਰ 200 ਸੋਪੇ ਦੀਆਂ 2-2 ਤਰਾਤਾ ਜਾਵਾ ਜਾ ਦੇਣੀਆਂ ਨੇ ਇਹ ਬੱਕਰੇ ਸਾਲ 'ਚ ਤੇ ਬਣ ਜਾਂਦੇ ਰੀਤ ਵਾਸਤੇ ਕੁਰਬਾਨੀ ਵਾਸਤੇ ਅੱਛਾ ਕੋਈ 40,000 ਦਾ ਬਣ ਗਿਆ ਕੋਈ 50,000 ਦਾ ਬਣ ਗਿਆ ਕੋਈ 35-36 ਦਾ ਬਣ ਗਿਆ ਇਹ ਬਣ ਜਾਂਦੇ ਨੇ ਠੀਕ ਹੈ ਇਹਦਾ ਮਾਲ ਨਹੀਂ ਇੰਨਾ ਮਤਲਬ ਬਣਦਾ ਇੰਨਾ ਨਹੀਂ ਬਣਦਾ ਅੱਛਾ ਅੰਕਲ ਜੀ ਤੁਸੀਂ ਪਹਿਲੇ ਕਹਿ ਰਹੇ ਹੋ ਕਿ ਅਗਰ ਬੱਕਰੀਆਂ ਨੂੰ ਮੋਟਾ ਕਰਨਾ ਹੈ ਤੇ ਉਹਨਾਂ ਨੂੰ ਤੁਸੀਂ ਗਰਮੀ 'ਚ ਦਿੰਦੇ ਹੋ ਬੇਸਣ ਤੇ ਸ਼ਰਬਤ ਤੇ ਸ਼ੱਕਰ ਵਾਲਾ ਸ਼ਰਬਤ ਇਸ ਤੋਂ ਇਲਾਵਾ ਖਾਣ ਵਾਸਤੇ ਕਿਹੜੀ ਚੀਜ਼ ਦੇਣੀ ਚਾਹੀਦੀ ਹੈ ਖਾਣ ਵਾਸਤੇ ਹੋਰ ਜੋ ਖਾਣ ਫਸਲ ਹੀ ਹੈ ਨਾ ਜੋ ਖਾਣਾ ਉਹ ਖਾਣਾ ਹੋਰ ਕਿਹੜੀ ਸ਼ੈ ਜਿਹੜੀ ਖਾਣ ਵਿੱਚ ਖਾ ਲਈ ਰੁੱਖ ਦਰਖਤ ਵੀ ਖਾਈ ਜਾਂਦੀ ਨੇ ਕਾਬੂਤ ਵੀ ਖਾਈ ਜਾਂਦੀ ਹੈ ਅੱਛਾ ਅੰਕਲ ਜੀ ਇਹ ਦੱਸੋ ਕਿ ਇਹ ਜਿਹੜਾ ਬੱਕਰੀਆਂ ਪਾਲਣਾ ਹੈ ਇਹ ਕਿਹੜਾ ਕਾਰੋਬਾਰ ਹੈ ਕਾਰੋਬਾਰ ਅੱਛਾ ਹੀ ਹੈ ਭਈ ਕੋਈ ਜੂ ਖੁੱਲੀ ਹੋਵੇ ਬੱਕਰੀਆਂ ਨੂੰ ਜੂ ਖੁੱਲੀ ਹੋਣੀ ਚਾਹੀਦੀ ਹੈ ਕਿਉਂਕਿ ਨਾ ਆਪਣੇ ਬੱਜ ਕੇ ਨਹੀਂ ਬਚ ਸਕਦੀਆਂ ਥੋੜ੍ਹੇ ਵਿੱਚ ਫਿਰਨਾ ਟੁਰਨਾ ਬਾਹਰ ਦੇ ਜਿਵੇਂ ਫਿਰਦੀਆਂ ਰਹਿੰਦੀਆਂ ਫਿਰਦੀਆਂ ਦੇ ਵਿੱਚ ਖੁਸ਼ ਰਹਿੰਦੀ ਹੈ ਅੱਛਾ ਬੱਜ ਕੇ ਮਾਲ ਕਮਜ਼ੋਰ ਹੋ ਜਾਂਦਾ ਮਾਲ ਰੋਜ਼ਾਨਾ ਕੰਮ ਸ ਕੰਮ ਕਿੰਨੇ ਘੰਟੇ ਇਹਨਾਂ ਨੂੰ ਚਾਰਿਆ ਜਾਏ ਤੇ ਫੇਰਾ ਹੋ ਜਾਂਦੀ ਹੈ ਸਾਡੇ ਨੂੰ ਵਿਚਾਰੋ ਤੱਕ ਜਾ ਜਾਂਦੇ ਨੇ ਨਾਲ ਕੰਮ ਦੇ ਬਾਛੀ ਕੰਮ ਸ ਕੰਮ ਕਿੰਨੇ ਘੰਟੇ ਚਾਰਿਆ ਤੇ ਫੇਰ 2-4-5 ਘੰਟੇ ਚਾਹੀਦੇ ਨੇ ਫੇਰਦੇ ਬਾਅਦ ਫੇਰਦੇ ਦੂਜੇ ਮਾਲ ਨੂੰ ਚੀਰ ਦਾ ਖਾਣਾ ਪੁੰਦੇ ਰਹੇ ਆਪਣੇ ਕੋਲ ਤੇ ਮਾਲ ਆਪਣੇ ਮੂੰਹ ਚ ਖਾਂਦਾ ਪੁੰਦੇ ਰਹੇ ਖੁਸ਼ ਰਹਿੰਦਾ ਤੇ ਜਦੋਂ ਤੁਸੀਂ ਇਹਨਾਂ ਨੂੰ ਬਾਹਰ ਫੇਰ ਟੋਰ ਕੇ ਘਰ ਲੈ ਕੇ ਜਾਂਦੇ ਹੋ ਤੇ ਘਰ ਜਾ ਕੇ ਇਹਨਾਂ ਨੂੰ ਕੋਈ ਦਾਣੇ ਵਗੈਰਾ ਜਾਂ ਕੋਈ ਚਾਰਾ ਵਗੈਰਾ
ਤੂੜੀ ਪਾ ਲਈ ਵਿੱਚ ਚੋਖਰ ਪਾ ਲਿਆ ਜਾਂ ਕਣਕ ਵਿੱਚ ਪਾ ਲਈ ਅਤੇ ਉਹ ਚਾਰਨੇ ਆ ਮਾਰ ਰੱਜ ਲੈਂਦੇ ਅੱਛਾ ਅਤੇ ਜੇ ਰੱਜੀਆਂ ਉਹਦੇ ਨਾ ਜ਼ਰੂਰਤ ਫਿਰ ਨਾ ਵਿਚਾਰੋ ਕੋਈ ਗੱਲ ਇਹ ਤੂੜੀ ਕਿਹੜੀ ਇਸਤੇਮਾਲ ਕਰਦੇ ਹੋ ਤੂੜੀ ਜਿਹੜੀ ਕੁਤਰੀ ਹੁੰਦੀ ਹੈ ਬਰੀਕ ਤੂੜੀ ਅੱਛਾ ਉਹ ਬਚਾ ਲਓ ਇੱਕ ਬੱਕਰੀ ਨੂੰ ਤੁਸੀਂ ਅਗਰ ਉਹ ਭੁੱਖੀ ਹੋਏ ਅਤੇ ਕਿੰਨੀ ਕੁ ਤੂੜੀ ਕਿੰਨੇ ਕੁ ਗੰਦਮ ਦੇ ਦਾਣੇ ਅਤੇ ਕਿੰਨਾ ਕੁ ਚੋਖਰ ਖਿਲਾ ਦਿੰਦੇ ਹੋ ਮਤਲਬ ਚੋਖਰ ਜਿਹੜਾ ਬੱਕਰੀਆਂ ਸਾਰੀਆਂ ਬੱਕਰੀਆਂ ਇਹਨਾਂ ਦੇ ਅਸੀਂ ਦੋ ਚਾਰ ਸੇ ਪਾਉਂਦੇ ਹਾਂ ਅਗਰ ਤੂੜੀ ਪਾ ਲਈ ਕੋਈ ਦੋ ਚਾਰ ਸੇ ਵਿੱਚ ਅੱਛਾ ਕੋਈ ਦੋ ਤਿੰਨ ਸੇ ਚੋਖਰ ਪਾਇਆ ਉਹਨੂੰ ਮਿਕਸ ਕਰ ਲਿਆ ਜਰਾ ਅਤੇ ਫਿਰ ਜਾਂ ਕਣਕ ਕੋਈ ਹੋਏ ਕੋਈ ਦੋ ਤਿੰਨ ਸੇ ਉਹ ਵੀ ਸੁੱਟ ਲਈ ਅਤੇ ਮਿਕਸ ਨਾਲ ਖਾ ਲਓ ਫਿਰ ਚੱਪ ਚੁੱਪ ਲੈਂਦੀ ਹੈ ਅਤੇ ਕਿੰਨੀਆਂ ਬੱਕਰੀਆਂ ਨੇ ਬੱਕਰੀਆਂ 20 ਮਾਸ਼ਾ ਅੱਲਾਹ 20 ਬੱਕਰੀਆਂ ਨੇ ਅਤੇ ਤੁਹਾਡਾ ਮੇਨ ਮਕਸਦ ਇਹਨਾਂ ਨੂੰ ਜਿਹੜੇ ਜਾ ਨੇ ਛੋਟੇ ਬੱਚੇ ਨੇ ਉਹ ਈਦ ਉੱਤੇ ਸੇਲ ਕਰਦੇ ਹੋ ਅੱਛਾ ਅਤੇ ਸਾਲ ਬਾਅਦ ਤੁਹਾਨੂੰ ਕੀ ਕੋਈ ਬੱਚਤ ਹੋਈ ਜਾਂਦੀ ਹੈ 20 ਜਾਨਵਰਾਂ ਤੋਂ ਸਾਲ ਬਚਤ ਜਿੰਨੇ ਜਾਨਵਰ ਵਿੱਚ ਬਚਤ ਉਸ ਹਿਸਾਬ ਦੀ ਹੋਣੀ ਅੱਛਾ ਜਿੰਨੇ ਜਾਨਵਰ ਵਿੱਚ ਜਾਨਵਰ ਬਥੇਰੇ ਹੋਣ ਵਧੇਰੀ ਬਚਤ ਨਹੀਂ ਥੋੜ੍ਹੀ ਥੋੜ੍ਹੀ ਇਹ ਇੰਨੀਆਂ ਤੋਂ ਕਿੰਨੀ ਕੋਈ ਜਾਂਦੀ ਹੈ ਇਹ ਇੰਨੀਆਂ ਤੋਂ ਜਿਹੜੇ ਬੱਕਰੇ 5-7 8-5 ਹਨ ਅਤੇ ਚਲੋ ਕੋਈ 40,000 ਦਾ ਹੋ 35 ਦਾ ਹੋ ਗਿਆ ਕੋਈ 45 ਦਾ ਹੋ ਗਿਆ ਇਹ ਹਿਸਾਬ ਦੇ ਬੱਕਰੇ 5-10 ਵਿੱਚ ਕੱਢ ਲਈਦੇ ਅੱਛਾ ਮਾਲ ਥੋੜ੍ਹਾ ਹੋਵੇ ਤਾਂ ਥੋੜ੍ਹੀ ਪਈ ਅਤੇ ਤੁਸੀਂ ਇਹ ਕੰਮ ਤੋਂ ਮੁਤਮਿਨ ਤੁਸੀਂ ਇਹ ਦੱਸੋ ਕਿ ਕੁਛ ਤੁਸੀਂ ਬੱਕਰੀਆਂ ਦੇਸੀ ਰੱਖੀਆਂ ਨੇ ਕੁਛ ਦੋ ਵਾਲੀਆਂ ਟੈਡੀ ਕਿਉਂ ਨਹੀਂ ਜੇ ਰੱਖੀਆਂ ਅਤੇ ਸਾਰੀਆਂ ਦੇਸੀ ਕਿਉਂ ਨਹੀਂ ਜੇ ਰੱਖੀਆਂ ਇਹ ਬਸ ਮਾਲ ਲੈ ਜਾਂਦਾ ਅਤੇ ਇਸੇ ਮਿਕਸ ਮਾਲ ਇਕੱਠਾ ਹੋ ਗਿਆ ਬਸ ਸਭ ਤੋਂ ਬਿਹਤਰੀਨ ਬਹੁਤਾ ਫਾਇਦਾ ਕਿਹਦੇ 'ਚ ਹੁੰਦਾ ਟੈਡੀ 'ਚ ਦੋ ਉਗਲੀ 'ਚ ਜਾਂ ਦੇਸੀ 'ਚ ਫਾਇਦਾ ਕੀਮਤ 'ਚ ਆ ਕੇ ਦੇਸੀ 'ਚ ਫਾਇਦਾ ਹੁੰਦਾ ਅਤੇ ਚਾਰਨੀਆਂ ਹੋਣ ਜਾਂ ਜਾਨਵਰ ਬਹੁਤ ਟੈਡੀ ਬਹੁਤਾ ਬਾਲ ਦਿੰਦੀ ਪੈਸੇ ਵਾਈਜ਼ ਨਫ਼ਾ ਟੈਡੀ 'ਚ ਜਾਂ ਦੋ ਦੇਸੀ 'ਚ ਦੇਸੀ ਬਹੁਤਾ ਫਾਇਦਾ ਟੈਡੀ ਸੁਣਦੀ ਵੀ ਤੇ ਬਹੁਤਾ ਸੁਣਦੀ ਬਹੁਤਾ ਬਾਕੀ ਇਹ ਮਾਲ ਜਿਹੜਾ ਨਾ ਖਰਚਾ ਵੀ ਘੱਟ ਕਰਾਉਂਦੀ ਹੈ ਖਰਚਾ ਵੀ ਘੱਟ ਕਰਾਉਂਦੀ ਹੈ ਤੂੰ ਇਹਦਾ ਮਤਲਬ ਇਹਦਾ ਮਤਲਬ ਕੀਮਤ ਜਾਂ ਜਾਨਵਰ ਦੇਖੋ ਜੀ ਟੈਡੀ ਬੱਕਰੀ 13 ਮਹੀਨੇ 'ਚ ਦੋ ਦਫ਼ਾ ਸੂ ਜਾਂਦੀ ਇੰਝ ਹੀ ਗੱਲ ਨਾ ਅਤੇ ਜਦਕਿ ਇਹਨੇ 16 ਮਹੀਨੇ 'ਚ ਦੋ ਦਫ਼ਾ ਸੂਣਾ ਅਤੇ ਉਹਦੇ 4 ਮਹੀਨੇ ਵਿੱਚ 3 ਮਹੀਨੇ ਵਿੱਚ ਬਚਾਏ ਨੇ ਨਾ ਜੇਸੀ ਬੱਕਰੀ ਡੇਟ ਤਾਂ ਸੁਣਦੀ 6-7 ਮਹੀਨੇ ਬਾਅਦ ਸੋੜਦੀ ਟੈਡੀ ਲੈ ਲਈਆਂ ਬੱਕਰੀ ਬੱਚੇ ਬਹੁਤੇ ਦਿੰਦੀਆਂ ਨੇ ਟੈਡੀ ਬਹੁਤੇ ਦਿੰਦੀਆਂ ਨੇ ਤੇ ਫਿਰ ਉਹ ਫਾਇਦੇਮੰਦ ਨਾ ਹੋਈਆਂ ਟੈਡੀ ਬਲੀ ਫਾਇਦੇਮੰਦ ਨੇ ਤੇ ਬਾਕੀ ਗੱਜੇ ਰੱਖ ਲਿਓ ਠੀਕ ਨਹੀਂ ਟੈਡੀਆਂ ਦੇ ਬਿਮਾਰ ਵੀ ਘੱਟ ਹੁੰਦੀਆਂ ਨੇ ਆਹੋ ਇਸ ਤਰ੍ਹਾਂ ਹੀ ਬਸ ਬਿਮਾਰ ਤੇ ਅੱਲਾ ਦੀ ਤਰਫੋਂ ਹੀ ਜਿਹੜਾ ਹੋ ਜੇ ਹੋ ਜੇ ਟੈਡੀ ਵੀ ਉਹਨੀਆਂ ਹੁੰਦੀਆਂ ਨੇ ਮਾਲ ਜਿਹੜਾ ਸਭ ਕੁਝ ਖਾਈ ਜਾਂਦਾ ਟੈਡੀ ਮਾਲ ਜਿਹੜਾ ਗੰਦਾ ਪੱਤਾ ਪਟਾ ਸਭ ਕੁਝ ਡੋਲਾ ਮਾਲ ਖਾਈ ਜਾਂਦਾ ਇਹਨਾਂ ਨੂੰ ਵੇਲੀ 'ਚ ਡੱਕ ਕੇ ਪਾਲਿਆ ਜਾ ਸਕਦਾ ਵੇਲੀ 'ਚ ਡੱਕ ਕੇ ਟੈਡੀ ਇਹ ਸਾਰੀਆਂ ਬੱਕਰੀਆਂ ਨੂੰ ਕਿਸੇ ਨੂੰ ਵੇਲੀ ਜਿਹੜਾ ਇਹਨਾਂ ਨੂੰ ਖਰਚਾ ਬਹੁਤ ਕਰਨਾ ਪੈਂਦਾ ਬਹੁਤ ਸਾਰਾ ਖਰਚਾ ਕਰਨਾ ਪੈਂਦਾ ਮਸਲਨ ਮਤਲਬ ਖਰਚਾ ਜਿਹੜਾ ਦਾਣਾ ਫਕਾ ਜ਼ਿਆਦਾ ਪਾਉਣਾ ਪੈਂਦਾ ਅਤੇ ਮਾਲ ਰਾਈਜਾ ਘੱਟ ਯਾਨੀ ਵੇਲੀ 'ਚ ਰੱਖ ਕੇ ਪਾਲ ਜਾਂਦੀਆਂ ਲੇਕਿਨ ਫਾਇਦਾ ਨਹੀਂ ਰਹਿੰਦਾ ਫਾਇਦਾ ਨਹੀਂ ਰਹਿੰਦਾ ਮਾਲ ਫੁੱਲਦਾ ਨਹੀਂ ਠੀਕ ਹੈ ਮਾਲ ਫਿਰਦਾ ਟੁੱਟਦਾ ਰਹੇ ਨਾ ਮਾਲ ਖੁਸ਼ ਰਹਿੰਦਾ ਠੀਕ ਹੋ ਗਿਆ ਠੀਕ ਹੋ ਗਿਆ ਅੱਛਾ ਅੰਕਲ ਜੀ ਇਹ ਦੱਸੋ ਕਿ ਇੱਕ ਬੰਦਾ ਜ਼ਿਆਦਾ ਤੋਂ ਜ਼ਿਆਦਾ ਕਿੰਨੀਆਂ ਬੱਕਰੀਆਂ ਆਸਾਨੀ ਨਾਲ ਸੰਭਾਲ ਲੈਂਦਾ ਹੈ ਮਾਲਨਾ ਜੂ ਖੁੱਲੀ ਹੋਵੇ ਫਿਰ 20-25 ਕੰਤਰੀ ਉਹ ਕੱਲਾ ਬੰਦਾ ਵੀ ਸੰਭਾਲ ਲੈਂਦਾ ਅਤੇ ਜੇ ਜੂ ਨਾ ਮਤਲਬ ਬੰਦੇ ਦੋ ਹੋਣੀ ਚਾਹੀਦੀ 10-20 ਬੱਕਰੀਆਂ 30 ਹੋਣ ਦੋ ਬੰਦੇ ਹੋਣੇ ਚਾਹੀਦੇ 40 ਬੱਕਰੀਆਂ ਤਾਂ ਵੀ ਦੋ ਬੰਦੇ ਹੋਣੇ ਚਾਹੀਦੇ ਅੰਕਲ ਜੀ ਇਹ ਦੱਸੋ ਕਿ ਬੱਕਰੀਆਂ ਨੂੰ ਜ਼ਿਆਦਾਤਰ ਕਿਹੜੀ ਕਿਹੜੀ ਬਿਮਾਰੀ ਹੁੰਦੀ ਹੈ ਬੱਕਰੀਆਂ ਬਿਮਾਰੀ ਕੀੜੇ ਦੀ ਹੋ ਜਾਂਦੀ ਹੈ ਹਾਂ ਜਾਂ ਮਤਲਬ ਪਾਣੀ ਦਾ ਵਾਧਾ ਘਟਾ ਉਹਦੇ ਨੂੰ ਬੱਕਰੀ ਨੂੰ ਨੁਕਸ ਹੋ ਜਾਂਦਾ ਅੱਛਾ ਪਾਣੀ ਦਾ ਨਹੀਂ ਸਾਫ਼ ਖਾਣਾ ਚਾਹੀਦਾ ਮਾਲ ਦਾ ਇਹ ਜ਼ਿਆਦਾ ਬਿਮਾਰੀ ਕਿਹੜੀ ਨਸਲ ਨੂੰ ਲੱਗਦੀ ਹੈ ਦੇਸੀ ਨੂੰ ਟੈਡੀ ਨੂੰ ਜਾਂ ਦੋਗਲੀ ਨੂੰ ਦੋਗਲੀ ਉਹਨੂੰ ਜ਼ਿਆਦਾ ਬਿਮਾਰੀ ਹੁੰਦੀ ਹੈ ਦੇਸੀ ਨੂੰ ਪੈਂਦੀ ਹੈ ਦੋਗਲੀ ਨੂੰ ਪੈਂਦੀ ਉਹ ਬਿਮਾਰੀ ਸਾਰੀ ਨੂੰ ਪੈਂਦੀ ਅੱਛਾ ਇਹ ਕੀ ਕਹਿੰਦੇ ਹੋ ਵੀ ਕੀੜਾ ਲੱਗ ਜਾਂਦਾ ਹੈ ਇਹ ਇਹ ਕਿਹੜੀ ਬਿਮਾਰੀ ਅਤੇ ਇਹਦਾ ਇਲਾਜ ਕੀ ਹੈ ਇਹਦਾ ਇਲਾਜ ਹੈ ਜੀ ਦਵਾ ਲਿਆ ਕੇ ਡਾਕਟਰ ਕੋਲ ਅਤੇ ਉਹਦੀ ਸਿਰਿੰਜ ਭਰ ਕੇ ਦਿਓ ਮੂੰਹ ਵਿੱਚ ਬਾਹਰ ਕਿਹੜੀ ਦਵਾਈ ਕੀੜਾ ਪਤਾ ਜਿਹੜਾ ਪਹਿਲਾਂ ਅੱਛਾ ਉਹ 15 ਮਹੀਨੇ ਬਾਅਦ ਵੀ ਦਿਓ 2 ਮਹੀਨੇ ਵੀ ਦਿਓ ਅਤੇ ਬਸ ਸਾਰੀਆਂ ਬੱਕਰੀਆਂ ਦੇਖ ਕੇ ਸਿਰਿੰਜ ਲਾ ਲਓ ਬਸ 6 ਮਹੀਨੇ ਬਾਅਦ ਚਾਚਾ ਤੁਸੀਂ ਬੱਕਰੀਆਂ ਵੇਚਦੇ ਪੁੱਛਦੇ ਵੀ ਹੋ ਆਹੋ ਬੱਕਰੀ ਵੇਚਦੇ ਅਗਰ ਕਿਸੇ ਲੈਣੀ ਹੋਏ ਤੁਹਾਡੇ ਨਾਲ ਰਾਬਤਾ ਕਰ ਸਕਦਾ ਅਜੇ ਨਹੀਂ ਮੈਂ ਵੇਚਣੀ ਕੋਈ ਵੀ ਡੇਟ ਨਹੀਂ ਈਦ ਤੇ ਬੱਕਰੀਆਂ ਅੱਗੂ ਪਿੱਛੋਂ ਆਹ ਈਦ ਤੇ ਕਿਹੜੇ ਮਹੀਨੇ ਕਿਹੜੀ ਜਗ੍ਹਾ ਤੁਸੀਂ ਰਹਿੰਦੇ ਹੋ ਅਸੀਂ ਇਹ ਰਹਿੰਦੇ ਇੱਥੇ ਮਹਿੰਗਲ ਪਿੰਡ ਦਾ ਨਾਂ ਕੀ ਹੈ ਮਹਿੰਗਾ ਤੇ ਰੋਡ ਰੋਡ ਇਹੋ ਯਾਰ ਛੜੇ ਵੀ ਜਾਂਦਾ ਰੋਡ ਫੋਨ ਵੀ ਰੱਖਿਆ ਜੇ ਫੋਨ ਨਹੀਂ ਰੱਖਿਆ ਜਿਹਨੇ ਆਉਣਾ ਹੈ ਉਹ ਇੱਥੇ ਹੀ ਆਏ ਹਾਜੀ ਰਿਆਜ਼ ਸਾਹਿਬ ਮਹਿੰਗੇ ਦੇ ਮਤਲਬ ਹਾਜੀ ਰਿਆਜ਼ ਕੋਲ ਨਾ ਜਾਏਗਾ ਲੋਕਾਂ ਨੂੰ ਪਤਾ ਚੱਲ ਜਾਏਗਾ ਠੀਕ ਹੈ ਅੱਛਾ ਅੰਕਲ ਜੀ ਦੱਸੋ ਮਾਸ਼ਾਅੱਲਾ ਤੁਸੀਂ ਨਾਲ ਬੱਕਰੀਆਂ ਦੀ ਖਰੀਦਦਾਰੀ ਵੀ ਕੀਤੀ ਹੈ ਜਦੋਂ ਤੁਸੀਂ ਬੱਕਰੀ ਖਰੀਦਣ ਜਾਂਦੇ ਹੋ ਉਹ ਬੱਕਰੀ ਦੀਆਂ ਕਿਹੜੀਆਂ ਚੀਜ਼ਾਂ ਵੇਖਦੇ ਹੋ ਕੀ ਉਹਦੀ ਖੂਬੀ ਹੋਏ ਕੀ ਪਹਿਚਾਣ ਹੋਏ ਤੇ ਤੁਸੀਂ ਬੱਕਰੀ ਜਵਾਨ ਵੇਲੇ ਜਵਾਨ ਬੱਕਰੀ ਖਰੀਦਨੇ ਆ ਤਾਂ ਉਹ ਹਿਸਾਬ ਤੇ ਕੀਮਤ ਲਾਈਦੀ ਜੇ ਜਵਾਨ ਬੱਕਰੀ ਦੀ ਕੀਮਤ ਉਸ ਹਿਸਾਬ ਤੇ ਲੱਗਦੀ ਸੂਣਾ ਜੀ ਫਿਰ ਕੀਮਤ ਉਸ ਹਿਸਾਬ ਤੇ ਲਾਈਦੀ ਅਗਰ ਫੰਡਾ ਫੰਡਾਰੀ ਤੋਂ ਉਹਦੀ ਕੀਮਤ ਘੱਟ ਲਾਈਦੀ ਅੱਛਾ ਕਿੰਨੀ ਕਿੰਨੀ ਲੱਗ ਜਾਂਦੀ ਕੀਮਤ ਕੀਮਤ ਫਰਕ ਹੋ ਫਰਕ ਜਿਸ ਤਰ੍ਹਾਂ ਕੱਦ ਪੁੱਤ ਕਈਆਂ ਦੇ ਹੁੰਦੇ ਨੇ ਕਈ ਉਮਰ ਜਵਾਨ ਹੁੰਦੀ ਹੈ ਕਈ ਖੂਬਸੂਰਤ ਨਹੀਂ ਹੁੰਦੀਆਂ ਕਈ ਬਰੇਰੀਆਂ ਹੁੰਦੀਆਂ ਨੇ ਉਸ ਹਿਸਾਬ ਤੇ ਕੀਮਤ ਲਾਈਦੀ
बकरियां ने इनका छोटा बच्चा दो तीन महीने का किन्ने का विक जाता है? देसी बकरी का विक जाता चार हजार का, पांच हजार का विक जाता दो महीने का, दो तीन महीने विक जाता। ते टैडी का? टैडी का घट भी विक जाता, त्रै हजार का समझो। दोगली का? दोगली का, दोगली का भी वध समझो 3500 मिल लो, यानी दोगली 3500 का बच्चा तीन महीने का। ते टैडी का दो दो 3000 का, तीन महीने का ज्यादा विक जाता, 3000 का 5000 का विक जाता देसी का। ते सून वाली पठ? सूए पठ जी महंगी बिकती, फिर दो तीन महीने गबन हो तो कई 5000 दियाँ, कई 4000 दियाँ, पपड़ा 20000 दियाँ, 22000 दियाँ बिक जाए। पठा? पठा सून वाली किन्ने चिर बाद नहीं? सून बाद 4-5 महीने बाद हो जाए, यानी उम्र उम्र हो जाए 6-7 महीने, 7-8 महीने बाद सौ जानी। ठीक है।